ਕਰਕੇ ਤੁਸੀਂ ਦੇਖੋ ਜੀ ਪੱਪੂ ਦੇ ਕੰਮ, ਸਰਪੰਚ ਬਣਿਆ ਨਵਾਂ। ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਹੈ ਤਾਂ ਵੋਟਰਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਜਦੋਂ ਵੋਟਾਂ ਪੈ ਜਾਂਦੀਆਂ ਨੇ ਤਾਂ ਉਹਨਾਂ ਵੋਟਰਾਂ ਦੇ ਨਾਲ ਬਦਸਲੂਕੀ ਸ਼ੁਰੂ ਹੁੰਦੀ ਹੈ। ਇਹ ਗੱਲਾਂ ਅੱਜ ਤੱਕ ਸਿਰਫ ਸੁਣੀਆਂ ਹੀ ਹੋਣਗੀਆਂ, ਪਰ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਉਸ ਗੱਲ ਨੂੰ ਪੁਖਤਾ ਕਰਦੀ ਹੈ। ਕੁੱਟ ਕੁੱਟ ਕੇ ਬੁਰਾ ਹਾਲ ਕਰਵਾ ਕੇ ਨੀਚੇ ਡਿੱਗੇ ਹੋਏ ਇਹ ਵੋਟਰ ਨੇ, ਅਤੇ ਹੱਥ ਵਿੱਚ ਬੇਸਬਾਲ ਫੜੀ ਖੜਾ ਇਹ ਉਹ ਵਿਅਕਤੀ ਹੈ ਜੋ ਨਵਾਂ ਨਵਾਂ ਪਿੰਡ ਦਾ ਸਰਪੰਚ ਬਣਿਆ। ਇਸ ਪਰਿਵਾਰ ਦੀਆਂ ਚੀਕਾਂ ਕਾਫੀ ਨੇ ਉਹਨਾਂ ਦੀ ਕਹਾਣੀ ਬਿਆਨ ਕਰਨ ਲਈ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਜਾਨਵਰ ਵਾਂਗ ਮਾਰ ਕੁਟਾਈ ਕੀਤੀ ਗਈ, ਅਤੇ ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਹਨਾਂ ਨੇ ਇਸ ਸਰਪੰਚ ਨੂੰ ਵੋਟ ਨਹੀਂ ਪਾਈ ਅਤੇ ਵੋਟ ਕਿਸੇ ਹੋਰ ਉਮੀਦਵਾਰ ਨੂੰ ਪਾਈ ਸੀ ਜੋ ਕਿ ਚੋਣਾਂ ਵਿੱਚ ਹਾਰ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਕਤ ਸਰਪੰਚ ਵੱਲੋਂ ਵੋਟਾਂ ਤੋਂ ਪਹਿਲਾਂ ਉਸਦੇ ਹੱਕ ਵਿੱਚ ਵੋਟਾਂ ਪਾਉਣ ਲਈ ਉਹਨਾਂ ਨੂੰ ਧਮਕਾਇਆ ਗਿਆ ਸੀ, ਪਰ ਇਹਨਾਂ ਨੇ ਵੋਟ ਕਿਸੇ ਹੋਰ ਉਮੀਦਵਾਰ ਨੂੰ ਪਾਈ ਜੋ ਕਿ ਸਰਪੰਚੀ ਦੀ ਚੋਣ ਹਾਰ ਗਿਆ। ਗੁੰਡਾਗਰਦੀ ਕਰਨ ਵਾਲਾ ਇਹ ਵਿਅਕਤੀ ਸਰਪੰਚ ਬਣ ਗਿਆ, ਅਤੇ ਫਿਰ ਕੀ ਸੀ, ਸਰਪੰਚ ਬਣਨ ਤੋਂ ਬਾਅਦ ਉਹ ਦਰਜਨ ਤੋਂ ਵੱਧ ਬੰਦਿਆਂ ਦੇ ਨਾਲ ਸਿੱਧਾ ਇਸ ਗਰੀਬ ਦਲਿਤ ਪਰਿਵਾਰ ਦੇ ਘਰ ਆਇਆ ਅਤੇ ਮਾਰ ਮਾਰ ਕੇ ਪੂਰੇ ਪਰਿਵਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮਾਮਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਾ ਦਾ ਦੱਸਿਆ ਜਾ ਰਿਹਾ। ਸਾਨੂੰ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਪੱਪੂ ਸਰਪੰਚ ਜੀ, ਠੀਕ ਹੈ ਜੀ, ਸਾਨੂੰ ਘਰੇ ਮੇਰੇ ਮਾਂ ਨੂੰ ਤੇ ਪਿਓ ਨੂੰ ਪੈਸੇ ਦੇਣ ਦਾ ਲਾਲਚ ਦੇ ਕੇ ਆਏ ਵੀ ਵੋਟਾਂ ਸਾਨੂੰ ਪਾਓ। ਅਸੀਂ ਸ਼ੁਰੂ ਤੋਂ ਆਪਣੀ ਜਿਹੜੀ ਪਾਰਟੀ ਵੱਲ ਖੜ ਰਹੇ ਹਾਂ ਅਸੀਂ ਉੱਧਰ ਖੜਦੇ ਹਾਂ, ਗਰੀਬ ਬੰਦੇ ਹਾਂ ਜੀ, ਅਸੀਂ ਦਿਹਾੜੀਦਾਰ ਬੰਦੇ ਹਾਂ, ਠੀਕ ਹੈ ਜੀ, ਸਾਨੂੰ ਪੈਸੇ ਦੀ ਧਮਕੀ ਦੇ ਕੇ ਵੀ ਵੋਟਾਂ ਸਾਨੂੰ ਪਾਓ, ਅਸੀਂ ਮੁੱਕਰ ਗਏ। ਔਰ ਇਹ ਕਹਿ ਰਹੇ ਵੀ ਕੁਲਜੀਤ ਨਾਗਰੇ ਦੇ ਅਸੀਂ ਖਾਸ ਹੈ, ਪੁਲਿਸ ਸਾਡੀ ਹੈ, SHO ਸਾਡਾ, SP ਤੱਕ ਪਹੁੰਚ ਹੈ, ਤੁਹਾਨੂੰ ਬਾਅਦ 'ਚ ਦੇਖਾਂਗੇ, ਬਣਨਾ ਤਾਂ ਅਸੀਂ ਹੈਗਾ ਹੀ ਹੈ, ਠੀਕ ਹੈ ਜੀ। ਔਰ ਮੈਂ ਸਵੇਰੇ ਅਸੀਂ ਦਿਹਾੜੀ ਜਾਣ ਦੇ ਲਈ ਤਿਆਰ ਹੋਏ ਔਰ ਜਦੋਂ ਬਾਹਰ ਨਿਕਲੇ ਇਹਨਾਂ ਨੇ ਡਾਂਗਾਂ ਮਾਰੀਆਂ, ਸਾਡੀ ਕੁੜੀ ਆਈ ਵਿਚਾਰੀ ਉਹ ਸਮਾਨ ਚੁਕਾਉਣ ਵਾਸਤੇ ਆਈ, ਔਰ ਕੁਛ ਬੰਦੇ 15-20 ਬੰਦੇ ਆ ਕੇ ਇਹ ਦੂਈ ਪਾਰਟੀ ਦੇ ਸਾਡੇ ਦੇ ਆ ਕੇ ਹਮਲਾ ਬੋਲਿਆ ਜੀ, ਨਿਕਲੋ ਚੂੜਿਓ, ਡਾਂਗਾਂ ਮਾਰੀਆਂ, ਮੇਰੀ ਮਾਂ ਦੇ ਮਾਰੀਆਂ ਜੀ, ਪਿਓ ਦੇ ਮਾਰੀਆਂ, ਸਾਰੇ ਹੋਸਪਿਟਲ ਨੇ। ਅਸੀਂ ਜਿਹੜੇ ਮਹੱਲੇ 'ਚ ਰਹਿੰਦੇ ਅਸੀਂ ਵੋਟਾਂ ਉੱਧਰ ਪਾਈਆਂ ਜੀ, ਜਿਹੜਾ ਸਰਪੰਚ ਐਤਕੀ ਪਿੰਡ ਦਾ ਬਣਿਆ ਜੀ ਉਹ ਕਹਿੰਦਾ ਵੀ ਮੈਨੂੰ ਵੋਟਾਂ ਕਿਉਂ ਨਹੀਂ ਤੁਸੀਂ ਪਾਈਆਂ, ਸਾਲੇ ਚੂੜਿਓ ਮੈਨੂੰ ਵੋਟਾਂ ਪਾਓ ਜੀ। ਇਸ ਗੱਲ ਪਰ ਆ ਕੇ ਅਸੀਂ ਕਿਹਾ ਵੀ ਭਾਈ ਅਸੀਂ ਵੀ ਜਿੱਧਰ ਰਹਿੰਦੇ ਜਿਹੜੇ ਮਹੱਲੇ 'ਚ ਅਸੀਂ ਉਹਨੂੰ ਵੋਟਾਂ ਪਾਉਣੀਆਂ ਜੀ, ਪੈਸੇ ਦਿੰਦਾ ਸੀ ਵੋਟਾਂ ਦੇ 4 ਲੱਖ ਰੁਪਇਆ ਸਾਨੂੰ ਹੀ ਸਾਡੇ ਘਰ ਲੈ ਕੇ ਆਇਆ, ਅਸੀਂ ਪੈਸਿਆਂ ਨੂੰ ਇਨਕਾਰ ਕਰਤਾ ਵੀ ਅਸੀਂ ਪੈਸੇ ਨਹੀਂ ਲੈਣੇ ਹੈਗੇ, ਅਸੀਂ ਵੋਟ ਜਿਹਨੂੰ ਪਾਉਂਦੇ ਉਹਨੂੰ ਹੀ ਪਾਉਣੀ। ਇਸੇ ਵਜ੍ਹਾ ਕਰਕੇ ਸਾਡੇ ਤੇ ਘਰ ਆ ਕੇ ਜੀ ਅਸੀਂ, ਮੈਂ ਆਪਣੀ ਸਿਸਟਰ ਕੋਲੋਂ ਆਇਆ ਗੱਡੀ ਲੈ ਕੇ ਜੀ ਘਰੇ, ਆਪਣੇ ਸਿਸਟਰ ਨੇ ਮੇਰੇ ਨੇ ਮੈਨੂੰ ਕਿਹਾ ਵੀ ਗੱਡੀ ਅੰਦਰ ਲਾ ਦੇ, ਮੈਂ ਗੱਡੀ ਅੰਦਰ ਲੱਗਿਆ ਲਾਉਣ ਮਕਾਨ ਦੇ ਜੀ, ਪਿੱਛੋਂ ਆ ਕੇ ਪਿੱਠ ਤੋਂ ਮੇਰੇ 'ਤੇ ਵਾਰ ਕਰਤਾ ਜੀ, ਗੱਡੀ ਭੰਨੀ, ਪਹਿਲਾਂ ਮੇਰੇ ਮਾਰੀਆਂ ਜੀ, ਫਿਰ ਮੇਰੇ ਫਾਦਰ ਸਾਹਿਬ ਦੇ, ਮਾਤਾ ਦੇ ਅਤੇ ਮੇਰੀ ਘਰ ਦੀ ਦੇ ਜੀ। ਮੇਰੇ ਘਰ ਲੈ ਕੇ ਆਇਆ ਤਾਂ ਪੈਸੇ ਮੈਂ ਜਵਾਬ ਦੇ ਤਾ, ਮੈਨੂੰ ਕਹਿੰਦਾ ਵੀ ਤੁਸੀਂ ਪਿੰਦਰ ਦੇ ਤੁਹਾਡੀ ਡਾਂਗਾਂ ਇੱਕ ਨਹੀਂ ਮਾਰੂੰਗੇ, ਸਾਡੇ ਨਾਲ ਗਰੀਬ ਕੁੱਟਮਾਰ ਕਰੀ ਆ ਜੀ, ਠੀਕ ਆ, ਸਾਡੇ ਘਰ ਪਰ ਆ ਕੇ ਮੈਂ ਆਪਣੇ ਬੱਚਿਆਂ ਨੂੰ ਲੱਗੀ ਉਹ ਕਰਨ, ਮੈਨੂੰ ਗਾਲਾਂ ਕੱਢੀਆਂ, ਚੂੜਿਓ ਨਿਕਲੋ ਬਾਹਰ, ਚੂੜੀ ਨਿਕਲ ਬਾਹਰ।
ਠੀਕ ਆ, ਸਾਨੂੰ ਚੂੜੇ ਕਹਿੰਦੇ ਨਾਗਰੇ ਦੀ ਸਾਨੂੰ ਧਮਕੀ ਦਿੰਦੇ ਆ, ਨਾਗਰਾ ਵੀ ਅਸੀਂ ਬਣਾਇਆ ਹੋਇਆ ਗਰੀਬ ਜਨਤਾ ਨੇ, ਅਸੀਂ ਵੋਟਾਂ ਪਾ ਕੇ, ਠੀਕ ਆ, ਪੱਪੂ ਸਰਪੰਚ ਨੇ ਮੇਰੇ ਡਾਂਗ ਮਾਰੀ ਆ। ਪਰ ਇਹ ਕਿਸ ਤਰ੍ਹਾਂ ਦਾ ਵਿਕਾਸ ਸਰਪੰਚ ਸਾਹਿਬ ਪਿੰਡ ਵਿੱਚ ਕਰ ਰਹੇ ਨੇ, ਇਸ ਤਰ੍ਹਾਂ ਦੇ ਅਪਰਾਧੀ ਕਿਸਮ ਦੇ ਇਨਸਾਨ ਨੂੰ ਸਰਪੰਚ ਬਣਾਉਣਾ ਆਪਣੇ ਆਪ ਲਈ ਇੱਕ ਪਰੇਸ਼ਾਨੀ ਖੜੀ ਕਰਨਾ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।